ਓ ਰੱਖ ਹੌਸਲਾ ਨੀ ਮਾਏ ਮੇਰਾ ਕਰੀਨਾ ਤੂੰ ਦੁੱਖ ਪੱਤੇ ਝੜਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ ਮੈਨੂੰ ਮਿਲਿਆ ਨੀ ਕਿਤੇ ਤੇਰੀ ਗੋਦ ਜਿਹਾ ਸੁੱਖ ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੋਖ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ ਉਹ ਜਿਹੜਾ ਗੀਤ ਸੀਗਾ ਜੀ ਜਿਹੜਾ ਪੰਜਾਬ 984 ਵਾਲਾ ਉਹ ਅਸਲ 'ਚ ਅਸੀਂ ਪਹਿਲਾਂ ਰਿਲੀਜ਼ ਕਰ ਦਿੱਤਾ ਸੀਗਾ YouTube ਦੇ ਉੱਤੇ ਤੇ ਮੈਂ ਸੀਗਾ ਨੇਵੀ ਸੀਗਾ ਅਸੀਂ ਸੋਚਦੇ ਸੀਗੇ ਯਾਰ ਇਹ ਗੀਤ ਚੱਲਣਾ ਨਹੀਂ ਇਹ ਨਾ ਕਰੀਏ ਹੋਪਰ ਰਹਿਣ ਦਿੰਦੇ ਆ ਪਰ ਉਹ ਅਸੀਂ ਇੱਕ ਦਿਨ ਉਹ ਰਿਲੀਜ਼ ਹੋਇਆ ਮਤਲਬ ਅਸੀਂ YouTube ਤੇ ਰਿਲੀਜ਼ ਕੀਤਾ ਤੇ ਅਗਲੇ ਦਿਨ ਮੈਨੂੰ ਦਿਲਜੀਤ ਵੀਰੇ ਦੀ ਕਾਲ ਆਈ ਉਹ ਪਹਿਲੀ ਵਾਰੀ ਮੇਰੀ ਉਹਨਾਂ ਨਾਲ ਗੱਲਬਾਤ ਜਿਹੜੀ ਹੋਈ ਸੀਗੀ ਉਹ ਸੀਗੀ ਤੇ ਉਹ ਕਹਿੰਦੇ ਵੀ ਵੀਰੇ ਅਸੀਂ ਆਹ ਗੀਤ ਸਾਡੀ ਮੂਵੀ ਦੇ ਨਾਲ ਬਹੁਤ ਸੈੱਟ ਬੈਂਦਾ ਹੈ ਸੋ ਇਹ ਤੁਸੀਂ ਸਾਨੂੰ ਦੇ ਦਿਓ ਗੀਤ ਫਿਰ ਉਸ ਤੋਂ ਬਾਅਦ ਅਨੁਰਾਗ ਵੀਰੇ ਨਾਲ ਵੀ ਗੱਲ ਹੋਈ ਜਿਨ੍ਹਾਂ ਨੇ ਡਾਇਰੈਕਟ ਕੀਤੇ ਤੇ ਉਹਨਾਂ ਦਾ ਧੰਨਵਾਦ ਹੈ ਜੀ ਮੇਰਾ ਤੇ ਉਹਨਾਂ ਨੇ ਬਸ ਉਸ ਤੋਂ ਬਾਅਦ ਉਹ ਗਾਣਾ ਲੈ ਲਿਆ ਜੀ ਮੇਰੇ ਤੋਂ ਟੌਮੀ ਦੀ ਜਿੰਨਾ ਟੌਮੀ ਦੀਆਂ ਜਿੰਨਾ ਅਸਲ ਚ ਬਾਈ ਵਾਸਤੇ ਲਿਖਿਆ ਸੀਗਾ ਮੈਂ ਗਾਣਾ ਹਾਂ ਦਿਲਜੀਤ ਵੀਰੇ ਵਾਸਤੇ ਪਰ ਉਦੋਂ ਥੋੜੇ ਬਿਜ਼ੀ ਸੀਗੇ ਫਿਰ ਉਹਨਾਂ ਨੇ ਕਹਿੰਦੇ ਤੂੰ ਕਰ ਲੈ ਫਿਰ ਮੈਂ ਕਰ ਲਿਆ ਜਦੋਂ ਮਿਊਜ਼ਿਕ ਸਾਰਾ ਕੁਝ ਹੋ ਗਿਆ ਡਨ ਵੀਰੇ ਕਹਿੰਦਾ ਫਿਰ ਉਸ ਤੋਂ ਬਾਅਦ ਫਿਰ ਆਇਆ ਇੱਕਰੀ ਤੇ ਉਹ ਗਾਣਾ ਹੈਗਾ ਤੇ ਸਾਨੂੰ ਦੇ ਦੋ ਤੇ ਮੈਂ ਕਿਹਾ ਵੀ ਵੀਰੇ ਅਸੀਂ ਤੇ ਉਹ ਕਰ ਲਿਆ ਨਾ ਆਲਰੇਡੀ ਫਿਰ ਉਹਨਾਂ ਨੇ ਉਦਾਂ ਹੀ ਜਿਵੇਂ ਕਰਿਆ ਹੋਇਆ ਇਸਕਾ ਸਾਡਾ ਉਹ ਮੂਵੀ ਚ ਲੈ ਲਿਆ। ਉਹਨਾਂ ਦਾ ਧੰਨਵਾਦੀ ਕਹਿ ਸਕਦਾ ਹਾਂ ਔਰ ਮੈਂ ਕੁਝ ਕਹਿ ਨਹੀਂ ਸਕਦਾ। ਪਹਿਲਾਂ ਪੰਜਾਬ 1984 ਵਾਲਾ ਤੁਸੀਂ ਕੁਝੇ ਵਿੱਚ ਆਉਂਗਾ ਸੁਆਹ ਬਣ ਕੇ ਉਹ ਸੁਣਾ ਦਿਓ ਫਿਰ ਟੌਮੀ ਨੇ ਜਿੰਨਾ ਬਾਤ ਸੁਣਦੇ ਆ। ਹਾਂਜੀ ਹਾਂਜੀ। ਹੂੰ ਉਹਦਾ ਇੱਕ ਪੈਰਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਉਹ ਮੈਂ ਸੁਣਾਉਣਾ। ਹੋ ਰੱਖ ਹੌਸਲਾ ਨੀ ਮਾਏ ਮੇਰਾ ਕਰੀਨਾ ਤੂੰ ਦੁੱਖ ਪੱਤੇ ਝੜਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ ਮੈਨੂੰ ਮਿਲਿਆ ਨਹੀਂ ਕਿਤੇ ਤੇਰੀ ਗੋਦੀ ਜੇ ਆ ਸੁੱਖ ਨਹੀਂ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੋਖ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ ਨੀ ਮੈਂ ਕੁਝੇ ਵਿੱਚ ਆਉਂਗਾ ਸੋਵਾਂ ਬਣ ਕੇਰਾ ਉਮਰ ਤੇਰੀ ਛੋਟੀ ਜੀ ਆ ਔਰ ਐਡਾ ਵੱਡਾ ਥਾਟ ਕਿਵੇਂ ਆ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਲਿਟਰਲੀ ਮੈਂ ਜਦੋਂ ਸੋਜੀ ਗੀਤ ਸੁਣਿਆ ਸੀ ਮੈਂ ਖੁਦ ਜਦੋਂ ਪੰਜਾਬ 1984 ਵੇਖ ਰਿਹਾ ਸੀ ਮੈਂ ਬੜਾ ਇਮੋਸ਼ਨਲ ਸੀ ਤੇ ਮੈਂ ਸੋਚਦਾ ਸੀ ਵੀ ਇਹ ਗੀਤ ਸਾਰਤੀ ਮੈਂ ਸੋਚਦਾ ਸੀ ਵੀ ਇਹ ਗੀਤ ਕਿਸੇ ਬੜੇ ਮਚਿਓਰ ਜਿਹਾ ਮਰਲੇ ਬੰਦੇ ਨੇ ਲਿਖਿਆ ਹੋਣਾ ਪਰ ਮੈਂ ਤੁਹਾਨੂੰ ਜਦੋਂ ਇੱਥੇ ਕੈਨੇਡਾ ਆ ਕੇ ਮਿਲਿਆ ਇਹ ਥਾਟ ਪ੍ਰੋਸੈਸ ਕਿਵੇਂ ਕੰਮ ਕਰਦਾ ਰਾਜ ਮਤਲਬ ਇਹ ਸੋਚ ਕਿਵੇਂ ਆ ਫੈਮਿਲੀ ਬੈਕਗਰਾਉਂਡ ਤੋਂ ਆ ਜਾਂ ਕਈ ਵਾਰ ਬੰਦੇ ਨੇ ਚੀਜ਼ਾਂ ਪਿੰਡੇ ਤੇ ਹੰਡਾਈਆਂ ਕੁਝ ਇਸ ਤਰ੍ਹਾਂ ਦੀਆਂ ਹ ਕੁਝ ਹੰਡਾਈਆਂ ਵੀ ਆ ਕੁਝ ਐਦਾਂ ਹੈ ਕਿ ਜਦੋਂ ਤੁਸੀਂ ਜੇ ਲੋਕਾਂ ਦਾ ਦਰਦ ਮਹਿਸੂਸ ਕਰ ਸਕਦੇ ਆ ਮੇਰੇ ਖਿਆਲ ਨਾਲ ਉਹ ਬਹੁਤ ਇੱਕ ਵੱਡੀ ਚੀਜ਼ ਆ ਉਹ ਨਿਹਮਤ ਆ ਜੇ ਰੱਬ ਤੁਹਾਨੂੰ ਦੇ ਦੇ ਤੇ ਜੇ ਤੁਹਾਡਾ ਕਿਸੇ ਨੂੰ ਦੁੱਖ ਵੇਖ ਕੇ ਕਿਸੇ ਦਾ ਜੇ ਤੁਹਾਨੂੰ ਰੋਣਾ ਆ ਜਾਂਦਾ ਜਾਂ ਤੁਹਾਨੂੰ ਉਹ ਫੀਲ ਹੁੰਦਾ ਵੀ ਉਹ ਕਿਹੜੇ ਹਾਲਾਤ ਚਾ ਮੈਨੂੰ ਖੈਲਣਾ ਤੁਸੀਂ ਲਿਖ ਵਧੀਆ ਸਕਦੇ ਫਿਰ ਉਸ ਚੀਜ਼ ਨੂੰ ਉਹ ਰੱਬ ਨੇ ਇੱਕ ਮਾਧਿਅਮ ਬਣਾਇਆ ਹੁੰਦਾ ਤੁਹਾਨੂੰ ਇੰਜ ਤਿੰਨ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ